ਉਹਦੇ ਹਾਲਾਤ ਸਾਦੇ ਹੀ ਸੀਗੇ, ਉਹਦੇ ਤੇ ਕੋਈ ਨਹੀਂ ਸੀ, ਨੀ ਪੁੱਛ ਗਿੱਛ ਨਹੀਂ ਸੀ ਇੰਨੀ. ਤੈਨੂੰ ਦੱਸਿਆ ਇੱਕ ਪਾਸਪੋਰਟ ਤੇ ਅਸੀਂ ਗਏ ਦੋ ਨੀ ਮੀਆਂ ਬੀਬੀ, ਇੱਕੋ ਹੀ ਪਾਸਪੋਰਟ, ਇੱਕੋ ਬਸ ਸਿਰਫ ਮੇਰੇ ਉਹਨਾਂ ਨੇ ਅੰਗੂਠਾ ਲਵਾਇਆ ਸੈਨ ਕਰਾਏ. ਅੱਛਾ, ਇੱਕੋ ਹੀ ਪਾਸਪੋਰਟ ਦੋਵੇਂ ਚਲੇ ਗਏ? ਇੱਕੋ ਹੀ ਪਾਸਪੋਰਟ ਤੇ ਸੀ ਮੈਂ. ਉਹਦਾ ਮਾਨਾ ਏਡਾ ਕੋਈ ਨਹੀਂ ਸੀ ਹੈਗਾ, ਕੋਈ ਨਹੀਂ ਸੀ ਪੁੱਛ ਗਿੱਛ ਨਹੀਂ. ਬੜੇ ਅੱਛੇ ਲੋਕ ਸੀ, ਬੜੇ ਸਰਦਾਰ ਜੀ ਆ ਗਏ, ਮਲਕ ਸਾਹਿਬ ਆਏ ਆ, ਕਹਿੰਦਾ ਪਾਕਿਸਤਾਨ ਚੋਂ ਆਏ ਆ, ਇੱਜ਼ਤ ਕਰਦੇ ਸੀ. ਹਾਂ, ਇਹਨੂੰ ਅੱਲਾਹ ਦਾ ਨਾਂ ਸੀ ਸਾਈਂ, ਸਾਈਂ ਸਾਦਾ ਸੀ, ਸਾਈਂ ਦਿੱਤਾ ਨਾਂ ਰੱਖਿਆ ਸੀ ਉਹਨਾਂ ਨੇ ਹਿੰਦੂਆਂ ਨੇ, ਸਿੱਖਾਂ ਨੇ, ਖਲਵਾਣੇ 'ਚ, ਖਲਵਾਣੇ 'ਚ ਸਾਈਂ ਦਿੱਤਾ. ਖਲਵਾਣੇ ਵੀ ਗਏ, ਸਤੌਰ ਵੀ ਗਏ, ਹਰਿਆਣੇ ਵੀ ਗਏ, ਕਿੰਨੀਆਂ ਜਗ੍ਹਾ 'ਚ ਗਏ ਅਸੀਂ, ਸੂਈਆਂ ਪਿੰਡ ਵੀ ਗਏ. ਪੁਸ਼ਪਾ ਸੀ ਹੋਰ ਗਲੀ 'ਚ ਕੁੜੀ, ਉਹ ਲੈਣ ਆ ਗਈ ਮੈਨੂੰ, ਉਹ ਕਹਿੰਦੀ ਮੇਰੇ ਵੱਲ ਆਓ ਤੁਸੀਂ, ਇੱਧਰ ਆਓ ਸਾਡੇ ਘਰ. ਸਾਰਿਆਂ ਨੇ ਸਾਨੂੰ ਚੰਗੇ ਗਿਫਟ ਦਿੱਤੇ, ਤੋਹਫੇ ਦਿੱਤੇ ਆਉਣ ਲੱਗਿਆਂ ਨੂੰ. ਅੱਛਾ, ਕੱਪੜੇ ਕੁਪੜੇ ਦਿੱਤੇ? ਹਾਂ, ਬੜਾ ਕੀਤਾ ਸਾਨੂੰ, ਚਦਰਾਂ ਕੱਪੜੇ ਬਹੁਤ ਅੱਛਾ ਕੀਤਾ ਤਾਵਨ ਉਹਨੇ. ਮਹੱਲੇ 'ਚ ਸਾਰੀ ਗਲੀ ਇਕੱਠੀ ਹੋ ਗਈ, ਤੁਹਾਨੂੰ ਵੇਖ ਕੇ ਜਿਹੜੇ ਜਾਣਦੇ ਸੀਗੇ, ਜਿਹੜੇ ਮੇਰੀ ਮਾਂ ਦੇ ਸੀਗੇ ਸਹੇਲੀਆਂ, ਉਹਨਾਂ ਨੇ ਬੜਾ ਤਾਵਨ ਕੀਤਾ. ਆਉਣ ਲੱਗੀ ਨੂੰ ਫਿਰ ਮੈਨੂੰ ਉਹਨਾਂ ਨੇ ਠੂਠੀਆਂ ਗਰੀਆਂ ਸੌ ਗਈ ਬੁਰਾ ਭਰਾ ਉਹ ਮੇਰੀ ਝੋਲੀ 'ਚ ਰੱਖੀ, ਜਾਣ ਲਿਆ ਲਿਆ ਕੇ ਪੈਸੇ. ਤਕਰੀਬਨ ਗਏ ਆ 18-19 ਸਾਲ ਬਾਅਦ. ਹਾਂਜੀ, ਤੇ ਉਹ ਜਦੋਂ 18-19 ਸਾਲ ਬਾਅਦ ਉਹੀ ਘਰ ਦੇਖਿਆ ਜਿੱਥੇ ਬਚਪਨ? ਬਿਲਕੁਲ ਓਦਾਂ ਹੀ ਸੀਗਾ ਘਰ, ਉਹ ਖੂਹ ਵੀ ਸੀਗਾ ਓਦਾਂ ਹੀ, ਖੂਹ ਵੀ ਓਦਾਂ ਹੀ ਲੱਗਾ ਆਇਆ ਸੀ. ਅੱਛਾ, ਮੇਰੇ ਭਰਾ ਨਜ਼ੀਰ ਦੀ ਸ਼ਾਦੀ ਹੋਈ, ਫਿਰ ਅਸੀਂ ਟਾਂਗਿਆਂ 'ਚ ਗਏ, ਗਾਡਰ 'ਤੇ ਗਏ, ਗੱਡਾਂ ਸੀਗੀਆਂ. ਅੱਛਾ ਅੱਛਾ, ਅਤੇ ਗੱਡਾਂ 'ਤੇ ਬਹਿ ਕੇ ਗਏ. ਕਿਹੜੇ ਪਿੰਡ ਗਏ ਸੀ? ਗੜ੍ਹ, ਗੜ੍ਹ ਪਿੰਡ 'ਚ. ਹਾਂ, ਗੜ੍ਹ ਪਿੰਡ 'ਚ. ਪਰ ਘਰ ਛੱਡ ਕੇ ਉੱਦਾਂ ਹੀ ਆਏ, ਸਾਡੇ ਪੈਕਣੀ ਦੇਗਾਂ ਪਈਆਂ, ਬਰਤਨ ਲੱਗੇ ਹੋਏ, ਪੇਟੀਆਂ, ਕੱਪੜੇ, ਹਰ ਚੀਜ਼ ਸੀ ਦੁਨੀਆਂ ਦੀ. ਅੱਛਾ, ਅਤੇ ਉਦੋਂ ਇਹ ਰਹਿ ਨਹੀਂ ਸੀ ਨਾ, ਮਸ਼ੀਨਾਂ ਨਹੀਂ ਸੀਗੀਆਂ, ਬਾਕੀ ਹਰ ਇੱਕ ਸੀਗਾ, ਕੱਪੜੇ, ਬਿਸਤਰੇ, ਘਰ ਸਾਰੇ. ਹਾਂ, ਚਤਈਆਂ, ਖੇਸ, ਪਤਾ ਨਹੀਂ ਕੀ ਸੀਗਾ ਸਾਰੇ, ਉਂਝ ਹੀ ਛੱਡਿਆ. ਮੇਰੀ ਮਾਂ ਕਹਿੰਦੀ ਅਸੀਂ ਨਹੀਂ ਕੁਛ ਵੀ ਨਹੀਂ ਜਾਣਾ. ਜੀ, ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕਮ, ਸਤਿ ਸ਼੍ਰੀ ਅਕਾਲ ਦੋਸਤੋ. ਮੈਂ ਯਾਸਰ ਮਲਕ ਅਤੇ ਹਾਜ਼ਰ ਹੋਏ ਅੱਜ 47 ਦੀ ਇੱਕ ਨਵੀਂ ਕਹਾਣੀ ਲੈ ਕੇ. ਅੱਜ ਅਸੀਂ ਪਹੁੰਚੇ ਹਾਂ ਜੀ ਲਾਹੌਰ ਧਰਮਪੁਰਾ ਹਾਤਮ ਮੱਖਣ ਸਿੰਘ 'ਚ, ਅਤੇ ਮੇਰੀ ਨਾਨੀ ਆ. ਅੱਜ ਇਹਨਾਂ ਕੋਲ ਪੁੱਛਾਂਗੇ 47 ਦੀ ਕਹਾਣੀ ਔਰ ਆਪਣੇ ਖਾਨਦਾਨ ਦੇ ਵਸੇਬ ਬਾਰੇ. ਸਾਡਾ ਜਿਵੇਂ ਕਿ ਪਿਛੋਕੜ ਜ਼ਿਲ੍ਹਾ ਸੀ ਹੁਸ਼ਿਆਰਪੁਰ, ਅਤੇ ਸਾਡੇ ਜਿੰਨੇ ਵੀ ਖਾਨਦਾਨ ਦੇ ਲੋਕ ਸੀ ਸਾਰੇ ਹੁਸ਼ਿਆਰਪੁਰ ਤੋਂ ਆਏ ਆ. ਅਤੇ ਇਹ ਨਾਨੀ ਹੁਣੀ ਗਏ ਸੀਗੇ ਸਨ 1964 ਦੇ ਵਿੱਚ, 63 ਦੇ ਵਿੱਚ ਆਪਣਾ ਪਿਛੋਕੜ ਪਿੰਡ ਵੀ ਦੇਖ ਕੇ ਆਏ, ਉਹ ਵੀ ਗੱਲਬਾਤ ਕਰਾਂਗੇ. ਵੰਡ ਵੇਲੇ ਉਮਰ ਥੋੜ੍ਹੀ ਸੀ, ਜਿੰਨੀ ਕੁ ਜਾਣਕਾਰੀ ਹੈ ਅਸੀਂ ਤੁਹਾਨੂੰ ਦੇਵਾਂਗੇ, ਔਰ ਫਿਰ ਗੱਲਬਾਤ ਕਰਦੇ ਹਾਂ ਔਰ ਕਹਾਣੀ ਸੁਣਦੇ ਹਾਂ. ਅਸਲਾਮ ਅਲੈਕੁਮ. ਵਾਲੇਕੁਮ ਸਲਾਮ ਜੀ. ਹਾਂਜੀ, ਕੀ ਹਾਲ ਆ ਨਾਨੀ, ਠੀਕ ਹੋ? ਹਾਂਜੀ ਬੇਟਾ, ਸ਼ੁਕਰ ਹੈ ਅੱਲਾਹ ਦਾ. ਅੱਛਾ ਅੱਛਾ, ਅਤੇ ਆਪਣਾ ਨਾਂ ਕੀ ਦੱਸੋ, ਪੂਰਾ ਨਾਂ ਆਪਣਾ? ਇਰਸ਼ਾਦ ਬੇਗਮ. ਅੱਛਾ, ਤੁਹਾਡੀ ਮਾਂ ਵਾਲਦਾ ਦਾ ਨਾਂ? ਅਮੀਰ ਬੀਬੀ. ਅਮੀਰ ਬੀਬੀ. ਅਤੇ ਤੁਹਾਡੇ ਵਾਲਦ ਦਾ ਨਾਂ? ਫਕੀਰ ਮੁਹੰਮਦ. ਫਕੀਰ ਮੁਹੰਮਦ. ਅਤੇ ਦਾਦਾ ਜੀ ਦਾ? ਪੀਰ ਬਖਸ਼. ਪੀਰ ਬਖਸ਼, ਸਹੀ ਸਹੀ. ਅਤੇ ਆਪਣੀ ਕੌਮ ਹੈਗੀ ਹੈ ਮਲਕ? ਮਲਕ. ਤੁਹਾਡੇ ਭਰਾਵਾਂ ਦੇ ਕੀ ਨਾਂ ਸੀ? ਮਲਕ ਨਜ਼ੀਰ ਅਹਿਮਦ. ਅਤੇ ਛੋਟੇ ਦਾ ਕੀ ਨਾਂ ਸੀ? ਅਬਦੁਲ ਮਜੀਦ. ਅਤੇ ਭੈਣਾਂ ਤੁਹਾਡੀਆਂ? ਸਭ ਤੋਂ ਵੱਡੀ ਗੁਲਾਮ ਫਾਤਿਮਾ. ਅੱਛਾ. ਉਸ ਤੋਂ ਛੋਟੀ ਖੁਰਸ਼ੈਦ ਬੀਬੀ. ਖੁਰਸ਼ੈਦ ਬੀਬੀ. ਜਿਹੜੇ ਮਾਂਗੇ ਰਹਿੰਦੇ ਸੀ?
ਇੱਕ ਨਾ ਨਿਜ਼ਾਮਦੀਨ ਸੀ, ਅੱਛਾ, ਇੱਕ ਨਾ ਰਹਿਮਤ ਅਲੀ ਸੀ। ਰਹਿਮਤ ਅਲੀ ਇਹ ਜੀਵਨ ਖਾਨ ਦੇ ਭਰਾ ਸੀ। ਹਾਂਜੀ। ਤੇ ਅੱਲਾ ਦਿੱਤਾ ਦੇ ਭਰਾ ਕਿੰਨੇ ਸਾਡੇ ਨਾਨੇ ਦੇ? ਉਹ ਵੀ ਤਿੰਨ ਭਰਾ ਹੈ। ਅੱਛਾ ਅੱਛਾ। ਅੱਲਾ ਦਿੱਤਾ ਇੱਕ, ਅੱਲਾ ਦਿੱਤਾ ਮੁਹੰਮਦ ਸ਼ਰੀਫ, ਅੱਛਾ, ਅਬਦੁਲ ਅਜ਼ੀਜ਼। ਅਬਦੁਲ ਅਜ਼ੀਜ਼ ਤੇ ਭੈਣਾਂ ਇਹਨਾਂ ਦੀਆਂ? ਇੱਕ ਭੈਣ ਸੀ। ਕੀ ਨਾਂ ਸੀ? ਸ਼ਰੀਫਾ ਬੀਬੀ, ਜਿਹੜੀ ਅੱਠ ਚੱਕ ਵਿਆਹੀ ਸੀ। ਹਾਂਜੀ, ਅੱਠ ਚੱਕ ਉਹਨਾਂ ਦੀ ਸ਼ਾਦੀ ਹੋਈ ਸੀ। ਤੇ ਉਹ ਮਲਕ ਨਜ਼ੀਰ ਵਾਲ ਵਿਆਹੀ ਸੀ ਤੇ ਉਹ ਨਜ਼ੀਰ ਹੋਣੀ ਸੀ ਪਿੱਛੋਂ ਸਤੌਰ ਦੇ। ਸਤੌਰ ਦਾ ਸੀ, ਮੇਰੀ ਫੁੱਫੀ ਦਾ ਪੁੱਤ ਸੀ। ਅੱਛਾ, ਜਿਹੜਾ ਉਸ ਤੌਰੀਏ ਸੀਗੇ। ਸਤੌਰੀਏ ਸੀ, ਸ਼ੇਰ ਤੌਰੀਏ ਸੀ, ਸਤੌਰੀਏ। ਬਾਬੇ ਸ਼ੇਰੇ ਹੋਣੀ, ਕਰਮੇ ਹੋਣੀ, ਸਾਰੇ ਭਰਾ ਸੀ ਚਾਰ। ਉਹ ਇਹ ਸਾਰੇ ਸਤੌਰ ਦੇ ਹੀ ਭਰਾ ਸੀਗੇ। ਮੇਰੇ ਦਾਦੇ ਦੇ ਵੀ ਮਾਮੇ ਲੱਗਦੇ ਸੀ। ਹਾਂਜੀ ਹਾਂਜੀ। ਤੇ ਤੁਸੀਂ ਤਾਂ ਹੁਣ ਬੈਠੇ ਧਰਮਪੁਰੇ, ਤੇ ਜਦੋਂ ਪਾਕਿਸਤਾਨ ਬਣਿਆ ਕਿਹੜੇ ਪਿੰਡ 'ਚ ਰਹਿੰਦੇ ਸੀ ਉਦੋਂ? ਆਪਣਾ ਕੋਲ ਯਾਦ ਉੱਥੇ ਦੀਆਂ ਮਾੜਾ ਮੋਟਾ ਨਕਸ਼ਾ? ਸੜਕਾਂ ਗਲੀਆਂ, ਹੁਣ ਮੈਨੂੰ ਮੁਹੱਲੇ ਦਾ ਨਾਂ ਨੀ ਨਾ ਯਾਦ ਹੈਗਾ। ਤੇ ਘਰ ਕਿੱਦਾਂ ਦਾ ਸੀ? ਘਰ ਸਾਡਾ ਪੱਕਾ ਘਰ ਬਣਿਆ ਸੀਗਾ। ਫਿਰ ਮੇਰੇ ਮਾਮੇ ਦਾ ਘਰ ਨਾਲ ਸੀ, ਉਹਨੇ ਖੂਹ ਲਵਾਇਆ ਸੀ, ਉਹਦੇ 'ਚ ਵੰਡ ਪਾਈ ਸੀ, ਅੱਧਾ ਬਾਹਰ ਅਤੇ ਅੱਧਾ ਅੰਦਰ। ਫਿਰ ਉਹਦੇ ਅੱਧੇ 'ਚ ਲੋਕ ਬਾਹਰੋਂ ਪਾਣੀ ਭਰਦੇ ਸੀ ਅਤੇ ਅੰਦਰ ਭਰਦਾ ਸੀ ਸਾਡੇ 'ਚ, ਅਤੇ ਅੰਦਰੋਂ ਫਿਰ ਅਸੀਂ ਆਪ ਪਾਣੀ ਮੇਰੀ ਮਾਂ ਨੇ ਭਰਨਾ, ਮੇਰੀਆਂ ਭੈਣਾਂ ਨੇ। ਮੈਂ ਤਾਂ ਬੱਚੀ ਸੀ ਛੋਟੀ ਜਿਹੀ, ਬੇਰੀ ਲੱਗੀ ਹੁੰਦੀ ਸੀ ਸਾਡੇ ਬੂਹੇ 'ਚ, ਬੇਰ ਚੋੜੇ ਨਿੱਕੇ ਨਿੱਕਿਆਂ ਨੇ ਉੱਥੇ। ਝਿੜਕਣਾ ਜੇ ਅਸੀਂ ਖੇਲਣਾ ਉੱਥੇ ਤੇ ਉੱਚਾ ਟਿੱਬਾ ਕਹਿਣਾ ਖੇਲਦੇ ਆ, ਫਿਰ ਅਸੀਂ ਖੇਲਣਾ ਤੇ ਉਹਨੇ ਉਸੇ ਹੋਣਾ ਹੱਸਣਾ। ਅੱਛੀ ਸੀ ਮਾਈ, ਬਹੁਤ ਸੀ ਵਿਚਾਰੀ। ਤੁਹਾਡੇ ਚ ਵੱਡਾ ਭੈਣ ਭਰਾ ਕੋਣ ਤੁਹਾਡੇ ਸਾਰਿਆਂ ਚ? ਮੇਰੀ ਭੈਣ ਸੀ ਗੁਲਾਮ ਫਾਤਮਾ, ਉਹ ਵੱਡੀ ਸਾਡੇ ਤੁਹਾਡੇ। ਅੱਛਾ, ਉਸ ਤੋਂ ਬਾਅਦ ਤੁਹਾਡਾ ਨੰਬਰ? ਠੀਕ ਠੀਕ। ਤੁਹਾਡੇ ਵਾਲਦ ਉੱਥੇ ਕੀ ਕਰਦੇ ਹੁੰਦੇ ਸੀ ਪਿੰਡ 'ਚ, ਕੀ ਕੰਮ ਕਾਰ ਸੀ ਉਹਨਾਂ ਦਾ? ਉਹਨਾਂ ਦਾ ਪਹਿਲੇ ਤਾਂ ਵਿਹਲੇ ਹੀ ਰਹਿੰਦੇ ਸੀ, ਫਿਰ ਮੇਰੀ ਮਾਂ ਨੇ ਕਿਹਾ ਕਿ ਬੱਚੇ ਹੋ ਗਏ ਆ, ਕੋਈ ਕੰਮ ਕਾਰ, ਫਿਰ ਕੋਹਲੂ ਲਾਇਆ। ਅੱਛਾ, ਕੋਹਲੂ ਲਾਇਆ ਸੀ? ਕੋਹਲੂ ਲਾਇਆ। ਪਿੰਡ 'ਚ ਲਾਇਆ ਕੋਹਲੂ? ਹਾਂ, ਆਪਣੇ ਅਸੀਂ ਸ਼ਹਿਰ ਸੀ ਲੁਧਿਆਣਾ। ਅੱਛਾ ਅੱਛਾ, ਸਾਡਾ ਪਿੰਡ ਨਹੀਂ ਸੀ। ਅੱਛਾ, ਭੁੰਗਾ ਰਹਿਣਾ ਸ਼ਹਿਰ ਸੀ? ਸ਼ਹਿਰ ਸੀਗਾ, ਜਿੱਦਾਂ ਹੁਸ਼ਿਆਰਪੁਰ ਦੇ ਨਾਂ ਰਿਆਸਤ, ਅੱਛਾ ਜਗ੍ਹਾ ਸੀ ਬੜੀ, ਬਹੁਤ ਅੱਛਾ ਸ਼ਹਿਰ ਸੀ। ਅੱਛਾ ਅੱਛਾ, ਰਿਆਸ। ਤੇ ਭਰਾ ਮੇਰਾ ਦਰਜੀ ਦਾ ਕੰਮ ਕਰਦਾ ਸੀ, ਦੁਕਾਨ ਹੁੰਦੀ ਸੀ ਬਾਜ਼ਾਰ 'ਚ ਉਹਦੀ। ਅੱਛਾ, ਉਹਨਾਂ ਨੇ ਦੁਕਾਨ ਬਣਾਈ ਸੀ? ਦੁਕਾਨ ਆਪਣੀ ਦਰਜੀ ਦੀ। ਭਰਾ ਤੁਹਾਡੇ ਤੋਂ ਵੱਡੇ ਸੀ ਫਿਰ? ਹਾਂ ਸਰ, ਮੈਂ ਛੋਟੀ ਸਭ ਤੋਂ ਸੀ, ਮੈਥੋਂ ਛੋਟਾ ਇੱਕ ਮੇਰਾ ਭਰਾ ਸੀਗਾ, ਉਹ 5 ਦਿਨ ਦਾ ਸੀ ਜਦੋਂ ਪਾਕਿਸਤਾਨ 'ਚ ਆਏ ਹਾਂ। ਅਬਦੁਲ ਮਜੀਦ ਜਿਹੜੇ ਸੀ? ਹਾਂ, ਤੇ ਮੈਂ 5 ਸਾਲਾਂ ਦੀ ਸੀ ਆਪਣਾ ਲਾਗੇ ਲਾਗੇ ਪਿੰਡਾਂ 'ਚ ਰਿਸ਼ਤੇਦਾਰੀਆਂ, ਤੁਹਾਡੀ ਨਾਨੀ ਕਿੱਥੇ ਦੀ ਸੀਗੀ? ਮਾਂ ਮੇਰੀ ਸੂਈਆਂ ਦੀ ਸੀ, ਸੂਈਆਂ ਪਿੰਡ ਆ ਲਾਗੇ, ਉੱਥੇ ਹੀ ਲੁਧਿਆਣੇ ਦੇ ਨਾਲ ਹੀ ਹੁਸ਼ਿਆਰਪੁਰ ਦੇ। ਅੱਛਾ ਅੱਛਾ। ਤੇ ਉਹ ਫਿਰ ਜਿਹੜਾ ਮੇਰਾ ਬਾਪ ਸੀਗਾ ਉਹ ਲੁਧਿਆਣੇ ਦੇ ਸੀ। ਅੱਛਾ ਅੱਛਾ। ਬਾਪ ਤੁਹਾਡੇ, ਮਾਂ ਤੁਹਾਡੀ ਸੂਈਆਂ ਦੀ ਸੀ, ਸੂਈਆਂ ਤੁਹਾਡੇ ਨਾਨਕੇ ਸੀ? ਨਾਨਕੇ ਸੀ। ਕਿੰਨਾ ਕੁ ਦੂਰ ਸੀ ਸੂਈਆਂ ਪਿੰਡ ਹਰਿਆਣੇ ਤੋਂ? ਅਸੀਂ 10-15 ਮੀਲ ਸੀਗਾ। ਅੱਛਾ, ਜ਼ਿਆਦਾ ਨਹੀਂ ਸੀਗਾ। ਅੱਛਾ, ਜਦੋਂ ਤੁਹਾਡੇ ਉੱਥੇ ਕੋਈ ਸ਼ਾਦੀ ਵੀ ਹੋਈ ਤੁਹਾਡੇ ਭਰਾ ਦੀ ਉਸ? ਹਾਂਜੀ ਬਿਲਕੁਲ। ਕਿਹਦੀ ਹੋਈ ਸੀ? ਮੇਰੇ ਭਰਾ ਨਜ਼ੀਰ ਦੀ ਸ਼ਾਦੀ ਹੋਈ, ਫਿਰ ਅਸੀਂ ਟਾਂਗਿਆਂ 'ਚ ਗਏ, ਗਾਡੇ 'ਤੇ ਗਏ, ਗੱਡਾਂ ਸੀਗੀਆਂ। ਅੱਛਾ ਅੱਛਾ ਅੱਛਾ। ਅਤੇ ਗੱਡਾਂ 'ਤੇ ਬਹਿ ਕੇ ਗਏ। ਕਿਹੜੇ ਪਿੰਡ ਗਏ ਸੀ? ਗੜ ਗੜ ਪਿੰਡ 'ਚ? ਹਾਂ, ਗੜ ਪਿੰਡ 'ਚ। ਉੱਥੇ ਵਿਆਹੁਣ ਗਏ ਸੀ? ਵੰਡ ਤੋਂ ਕਿੰਨੀ ਕੁ ਦੇਰ ਪਹਿਲੇ, ਪਾਕਿਸਤਾਨ ਬਣਨ ਤੋਂ ਪਹਿਲੇ ਸ਼ਾਦੀ ਹੋਈ? ਇਹ 6-7 ਮਹੀਨੇ। ਅੱਛਾ, 6-7 ਮਹੀਨੇ ਪਹਿਲੋਂ। ਤੁਸੀਂ ਯਾਦ, ਤੁਸੀਂ ਗਏ ਸੀ ਜਾਂਜਣਾ? ਜਾਂਜਣਾ ਗਏ ਅਸੀਂ। ਅੱਛਾ, ਟਾਂਗਿਆਂ 'ਚ ਬੈਠੇ ਸੀ। ਅੱਛਾ ਅੱਛਾ। ਮੇਰੇ ਬਨੋਈ ਦੇ ਟਾਂਗੇ ਸੀ ਨਾ 3-4। ਅੱਛਾ ਅੱਛਾ। ਕੀ ਨਾਂ ਸੀ ਬਨੋਈ ਦਾ? ਨੂਰ ਮੁਹੰਮਦ। ਨੂਰ ਮੁਹੰਮਦ ਉਹ ਟਾਂਗਾ ਚਲਾਉਂਦੇ ਸੀ ਉੱਥੇ? ਉਹ ਟਾਂਗਾ ਚਲਾਉਂਦੇ ਸੀ, ਰਾਣੇ ਗੁਲਾਮ ਸਾਬਰ ਦਾ। ਰਾਣੇ ਗੁਲਾਮ ਸਾਬਰ ਦਾ ਟਾਂਗਾ ਚਲਾਉਂਦੇ ਸੀ। ਸਹੀ ਸਹੀ। ਤੇ ਜਦੋਂ ਗਈ ਉਹ ਬਰਾਤ, ਕੋਈ ਯਾਦ ਉਦੋਂ ਕੀ ਖਾਣ ਪੀਣ ਦਿੱਤਾ ਉਸ ਵੇਲੇ? ਆ ਉਹਨਾਂ ਨੇ ਬਸ ਇਹੋ ਹੀ ਸੀ, ਫਿਰ ਚੌਲ ਉਬਾਲੇ ਸੀਗੇ। ਅੱਛਾ। ਹਾਂਜੀ। ਤੇ ਨਾਲ ਦੁੱਧ ਰੱਖਤਾ, ਚੀਨੀ ਰੱਖਤੀ, ਨਾਲ ਮਾਂਹ ਰੱਖ ਦਿੱਤੇ,
ਇਹਦੀਆਂ ਚੀਜ਼ਾਂ ਮਿੱਠੀ ਲੱਸੀ ਦੇ ਦਿੱਤੀ। ਹਿੰਦੂਆਂ ਦਾ ਪਿੰਡ ਸੀ, ਗੋਸ਼ਤ ਨਹੀਂ ਸੀ ਚੱਲਦਾ ਉੱਥੇ। ਅੱਛਾ, ਗੋਸ਼ਤ ਨਹੀਂ ਕਰਨ ਦਿੰਦੇ? ਠੀਕ, ਹਿੰਦੂ ਜ਼ਿਆਦਾ ਰਹਿੰਦੇ? ਹਿੰਦੂ ਉੱਥੇ ਰਹਿੰਦੇ ਸੀ ਗੜੇ ਪਿੰਡ। ਸਹੀ ਸੀ। ਅੱਛਾ, ਨਾਨੇ ਸਾਡੇ ਦਾ ਪਿੰਡ ਕਿਹੜਾ ਸੀ? ਖਲਵਾਣਾ ਸੀ। ਖਲਵਾਣਾ ਸੀ, ਖਲਵਾਣੇ ਗਈ ਹਾਂ ਮੈਂ, ਬਾਅਦ ਚ ਮੈਂ ਗਈ ਹਾਂ ਆਪਣੀ ਜਵਾਨੀ ਚ। ਅੱਛਾ, ਸ਼ਾਦੀ ਤੋਂ ਬਾਅਦ? ਹਾਂ। ਠੀਕ ਠੀਕ। ਅੱਛਾ, ਉੱਥੇ ਤੁਸੀਂ ਰਹਿੰਦੇ ਰਹੇ? ਬੜੇ ਲੋਕ ਅੱਛੇ ਸੀ, ਉਹਨਾਂ ਨੇ ਸਾਡੀ ਬੜੀ ਖਿਦਮਤ ਕੀਤੀ, ਬੜੀ ਸਾਡੀ ਭਗਤ ਕੀਤੀ ਆ। ਨਾਨੀ, ਜਿਹੜਾ ਆਪਣੀ ਅੰਮੀ ਕੋਲ ਸੁਣਿਆ ਹੋਵੇ ਕਿ ਕਿਹਦੇ ਨਾਲ ਗਲੀ ਮਹੱਲੇ ਚ ਕਿਸੇ ਨਾਲ ਤੁਹਾਡਾ ਬਣਿਆ, ਕੋਈ ਸਰਦਾਰ ਨਹੀਂ ਹੋਵੇ, ਕੋਈ ਔਰਤ ਹੋਵੇ, ਜਾਂ ਬਾਪ ਕੋ ਸੁਣਿਆ ਮੇਰੀ ਫਲਾਂ ਸਿੱਖਣਾ ਬੜੀ ਬਣੀ ਹੁੰਦੀ ਸੀ, ਕੋਈ ਲੈਂਦੇ ਸੀ ਨਾ ਕਿਸੇ ਦਾ? ਨਾ ਤਾਂ ਲੈਂਦੇ ਸੀ, ਹੁਣ ਮੈਨੂੰ ਯਾਦ ਜੇਨ ਚ ਨਹੀਂ ਹੈਗਾ, ਭੁੱਲ ਗਏ ਨਾ। ਸਰਦਾਰ ਜੀ ਜਿਹੜੇ ਆਉਂਦੇ ਸੀ ਸਾਡੇ, ਤੇਲ ਕਢਾਉਣ ਆਉਂਦੇ ਸੀ ਬੜੇ। ਅੱਛਾ ਅੱਛਾ। ਹਾਂਜੀ, ਘਰ ਚ ਆਪਣੇ ਵਿਹੜੇ ਚ ਸੇਨ ਬੜਾ ਖੁੱਲਾ ਸੀ ਨਾ, ਤੇ ਉੱਥੇ ਫਿਰ ਕੋਲੂ ਲਾਇਆ ਸੀ ਮੇਰਾ ਪਿਓ, ਆਪ ਕਹਾਣੀਆਂ ਕੱਢਦਾ ਸੀ। ਆਪ ਕਹਾਣੀਆਂ ਕੱਢਣਾ? ਤੁਸੀਂ ਲਾਗੇ ਖੜੇ ਰਹਿੰਦੇ ਸੀ, ਉਹ ਦੇਖਦੇ ਹੋਣੇ? ਖੇਡਦੇ ਰਹਿੰਦੇ ਸੀ, ਉੱਤੇ ਬਹਿ ਜਾਂਦੇ ਸੀ, ਚੜ੍ਹ ਕੇ ਕੋਦੇ ਕੋਲੂ ਗਏ, ਜਦ ਝੂਟੇ ਲਈਦੇ ਸੀ ਘੁੰਮੀਦਾ ਸੀ। ਅੱਛਾ, ਜੋੜੀ ਗਾਟੀ ਜੀ ਹੁੰਦੀ ਸੀ ਉਹਦੀ ਨੂੰ? ਆਹੋ। ਠੀਕ ਠੀਕ। ਤੇ ਜਦੋਂ ਪਾਕਿਸਤਾਨ ਬਣਿਆ ਉਦੋਂ ਕੀ ਹੋਇਆ, ਉਹ ਥੋੜ੍ਹਾ ਸੁਣਾਓ ਕਿ ਉਸ ਵੇਲੇ ਕੀ ਗੱਲ ਹੋਈ ਸੀ ਜਦੋਂ ਪਾਕਿਸਤਾਨ ਬਣ ਗਿਆ, ਕਿੱਦਾਂ ਘਰੋਂ ਕਿਵੇਂ ਨਿਕਲੇ ਆ? ਮੈਂ ਦੱਸਿਆ ਨਾ, ਉਹ ਤਿੰਨ ਬੰਦੇ ਆਏ, ਕਿਰਪਾਨਾਂ ਫੜੀਆਂ, ਤਲਵਾਰਾਂ ਉਹਨਾਂ ਨੇ, ਆ ਕੇ ਬਹਿ ਗਏ, ਤੇ ਕਹਿੰਦਾ ਮੇਰੀ ਮਾਂ ਨੂੰ, ਕਹਿੰਦਾ ਬੀਬੀ ਤੁਹਾਨੂੰ ਇੱਥੇ ਖਤਰਾ ਆ, ਤੇ ਤੁਸੀਂ ਨਾ ਸਾਡੇ ਪਿੰਡ ਚਲੋ। ਅੱਛਾ, ਕਿਹੜੇ ਪਿੰਡ ਸੀ ਉਹਨਾਂ ਦਾ? ਦਿਓਵਾਲ। ਦਿਓਵਾਲ। ਅੱਛਾ, ਤੁਸੀਂ ਉੱਥੇ ਆ ਜਾਓ ਤੇ ਤੁਸੀਂ ਹਫਾਜ਼ਤ ਚ ਰਹੋਗੇ। ਤੇ ਫਿਰ ਮੇਰੀ ਮਾਂ ਨੇ, ਜਦ ਮੇਰਾ ਬਨੋਈ ਆ ਗਿਆ, ਉਹ ਕਹਿੰਦਾ ਬੀਬੀ ਅਸੀਂ ਕਿਤੇ ਨਹੀਂ ਜਾਣਾ, ਅਸੀਂ ਤੁਹਾਨੂੰ ਲੈ ਕੇ ਚੱਲਦੇ ਉੱਥੇ ਰਾਣੇ ਗੁਲਾਮ ਸਬਰ ਦੀ ਕੋਠੀ 'ਚ। ਅੱਛਾ। ਉਹਨੇ ਫਿਰ ਸਾਨੂੰ ਟਾਂਗੇ 'ਚ ਪਾਇਆ, ਆਪਣੀ ਕੋਠੀ ਲੈ ਗਿਆ ਰਾਣੇ ਗੁਲਾਮ ਸਬਰ। ਅੱਛਾ, ਇਹ ਘਰੋਂ ਜਦੋਂ ਭਰੇ ਘਰ ਸੀਗੇ, ਭਰਿਆ ਉੱਦਾਂ ਹੀ ਛੱਡਿਆ, ਕੋਈ ਚੀਜ਼ ਨਹੀਂ ਲਈ, ਕੋਈ ਚੀਜ਼ ਕੋਲੀ ਨਹੀਂ ਚੁੱਕੀ ਮੇਰੀ ਮਾਂ ਨੇ, ਸਿਰਫ ਇੱਕ ਬਕਸਾ, ਉਹ 'ਚ ਉਹਨੇ ਮੇਰੇ ਭਰਾ ਦੇ ਕੱਪੜੇ, ਆਪਣੇ ਕੱਪੜੇ, ਤੇ ਆਪਣੀਆਂ ਬੱਚੀਆਂ ਦੇ ਇੱਕ ਸੂਟ, ਤੇ ਇੱਕ ਮਕਾਨ ਦੇ ਕਾਗਜ਼ਾਤ, ਉਹ ਬਸ ਲੈ। ਹਾਂ, ਉਹ ਮੇਰੀ ਮਾਂ ਦੇ ਨਾਮ ਮਕਾਨ ਲੱਗਾ ਸੀ ਨਾ, ਤੇ ਇੱਕ ਮੇਰੇ ਮਾਮੇ ਦੀ ਤਸਵੀਰ ਸੀ, ਮੇਰੀ ਮਾਂ ਨੂੰ ਆਪਣੇ ਭਰਾ ਨਾਲ ਬਹੁਤ ਪਿਆਰ ਸੀ। ਕੀ ਨਾਂ ਸੀ ਉਹਦਾ? ਯਾਦ? ਉਹਦਾ ਨਾਮ ਵੀ ਅੱਲਾ ਤਾ ਸੀ। ਅੱਛਾ, ਮਾਮੇ ਦਾ ਤੁਹਾਡੇ ਦੇ ਨਾਲ ਲੱਗ ਪਿਆ। ਅੱਛਾ, ਉਹਦੀ ਤਸਵੀਰ ਨਾਲ ਲਈ ਤੁਹਾਡੀ ਮਾਂ ਨੇ? ਤਸਵੀਰ ਸਾਡੇ ਹੁਣ ਤੱਕ ਹੁੰਦੀ ਸੀ ਉਹਦੀ, ਮੇਰੀ ਮਾਂ ਨੇ ਬੜੀ ਸੰਭਾਲ ਕੇ ਰੱਖੀ ਉਹ ਤਸਵੀਰ। ਉਹ ਫੌਤ ਹੋ ਗਏ ਸੀ ਉੱਥੇ ਉਹਦਾ? ਹਾਂ, ਇੰਡੀਆ 'ਚ ਹੀ ਫੌਤ ਹੋ ਗਏ ਸੀ। ਸਹੀ। ਅੱਛਾ, ਉਹ ਭਰੇ ਘਰ ਛੱਡੇ ਆ? ਪਰ ਘਰ ਛੱਡ ਕੇ ਉੱਦਾਂ ਹੀ ਆਏ, ਸਾਡੇ ਬੈਕਣੀ ਡੇਗਾਂ ਪਈਆਂ, ਬਰਤਨ ਲੱਗੇ ਹੋਏ, ਪੇਟੀਆਂ, ਕੱਪੜੇ, ਹਰ ਚੀਜ਼ ਸੀ ਦੁਨੀਆ ਦੀ। ਅੱਛਾ। ਤੇ ਉਦੋਂ ਇਹ ਜਿਹਾ ਨਹੀਂ ਸੀ ਨਾ, ਮਸ਼ੀਨਾਂ ਨਹੀਂ ਸੀਗੀਆਂ, ਬਾਕੀ ਹਰ ਸੀਗਾ, ਕੱਪੜੇ, ਬਿਸਤਰੇ, ਘਰ ਸਾਰੇ। ਹਾਂ, ਚਤਈਆਂ, ਖੇਸ, ਪਤਾ ਨਹੀਂ ਕੀ ਕੀ ਸੀਗਾ, ਸਾਰੇ ਉਂਝੇ ਛੱਡਿਆ। ਮੇਰੀ ਮਾਂ ਕਹਿੰਦੀ ਅਸੀਂ ਨੀ ਕੁਛ ਵੀ ਨੀ ਜਾਣਾ, ਖਾਲੀ ਹੱਥ ਆਏ ਅਸੀਂ ਪਾਕਿਸਤਾਨ 'ਚ। ਅਸੀਂ ਆ ਕੇ ਫਿਰ ਰਾਣੇ ਦੇ ਰਹੇ, ਉੱਥੋਂ ਸਾਨੂੰ ਉਹਨਾਂ ਨੇ ਟਰੱਕਾਂ 'ਚ ਪਾਇਆ, ਅੱਛਾ, ਸਿਰਫ ਔਰਤਾਂ ਨੂੰ, ਬੱਚਿਆਂ ਨੂੰ। ਜਿਹੜੇ ਅਸੀਂ ਟਰੱਕਾਂ 'ਚ ਬਹਿ ਗਏ, ਟਰੱਕ ਆ ਕੇ ਬਾਘੇ ਬਾਰਡਰ 'ਤੇ ਆ ਕੇ ਉਹਨਾਂ ਨੇ ਸਾਨੂੰ ਪਾਰ ਕਰਕੇ ਲਾ ਦਿੱਤਾ ਫੌਜੀਆਂ ਨੇ। ਉਹਨੇ ਕਿਹਾ ਹੁਣ ਜਿੱਥੇ ਮਰਜ਼ੀ ਤੁਸੀਂ, ਖੁੱਲ੍ਹੇ ਮਕਾਨ ਆ, ਵਿਹਲੇ ਮਕਾਨ ਸੀ, ਲਾਹੌਰ ਵਿਹਲਾ ਪਿਆ ਸੀ, ਉਹਨੇ ਕਿਹਾ ਜਿੱਥੇ ਤੁਸੀਂ ਜਾਣਾ ਚਲ ਜਾਓ। ਅਤੇ ਫਿਰ ਸਾਡੇ ਪਿੱਛੇ ਇੱਕ ਬੰਦਾ ਆਇਆ ਸਾਡੇ ਖਾਨਦਾਨ ਦਾ, ਉਹਨੇ ਸਾਨੂੰ ਲੱਭਿਆ, ਕੈਂਪਸ ਹੀ ਲੱਗੇ, ਕੈਂਪ 'ਚ ਬੈਠੀ ਰਹੇ ਆ ਕੇ, ਲਾਹੌਰ ਕੈਂਪ, ਲਾਹੌਰ ਕੈਂਪ, ਵਾਲਟਨ ਲੱਗਾ। ਹਾਂ, ਕੈਂਪ ਰਹੇ ਅਸੀਂ ਨਾ, ਫਿਰ ਉਹ ਬੰਦਾ ਆਇਆ, ਉਹਨੇ ਕਿਹਾ ਬੀਬੀ ਤੁਸੀਂ ਲਾਹੌਰ ਨਹੀਂ ਰਹਿਣਾ। ਤੇ ਉਹਨਾਂ ਨੇ ਕਿਹਾ ਫਿਰ ਉਹ ਕਾਲੇ ਆ ਜਗ੍ਹਾ ਤੁਹਾਡੀ। ਅੱਛਾ, ਉਹ ਕਾਲੇ ਤੁਹਾਨੂੰ ਜਿਹੜੇ, ਕੀ ਨਾਂ ਸੀ? ਰਾਣੇ, ਰਾਣੇ ਗੁਲਾਮ, ਰਾਣਾ ਕਰਾਮ ਰਬਾਨੀ, ਰਾਣਾ ਕਰਾਮ ਰਬਾਨੀ। ਹਾਂਜੀ, ਉਹ ਜਿਹੜਾ ਹੁਣ ਵੀ ਉੱਥੇ ਹੈਗਾ, ਉਹਨਾਂ ਦੀ ਔਲਾਦ ਹੋ ਗਈ, ਉਹਨਾਂ ਦੀ ਔਲਾਦ ਹੈਗੀ। ਅੱਛਾ, ਰਾਣੇ ਕਰਾਮ ਰਬਾਨੀ ਕਹਿੰਦੇ ਤੁਹਾਡੀ ਬਣੀ ਸੀ, ਉਹ ਤੁਹਾਨੂੰ ਅਕਾੜੇ ਲੈ ਗਏ? ਉਹਨੇ ਅਕਾੜੇ ਨੂੰ ਕਿਹਾ ਜਿਹੜਾ ਮਰਜ਼ੀ ਤੁਹਾਨੂੰ ਮਕਾਨ ਪਸੰਦ ਹੈ ਨਾ ਅਕਾੜੇ 'ਚ, ਤੁਸੀਂ ਉਹਦਾ ਤਾਲੇ ਤੋੜ ਸਕਦੇ, ਤੋੜ ਸਕਦੇ। ਅੱਛਾ। ਫਿਰ ਅਸੀਂ ਉਹ, ਮੇਰੀ ਮਾਂ ਨੇ ਮੇਰੇ ਭਰਾ ਨੇ ਮਕਾਨ ਪਸੰਦ ਕੀਤਾ, ਇਸ ਤਰ੍ਹਾਂ ਤਿੰਨ ਦੁਕਾਨਾਂ, ਤਿੰਨ ਇਹਨੂੰ ਦੁਕਾਨਾਂ, ਫਿਰ ਸੇਨ ਖੁੱਲ੍ਹਾ, ਫਿਰ ਅੱਗੇ ਦੋ ਬੈਠਕਾਂ, ਉੱਤੇ ਕਮਰੇ, ਥੱਲੇ ਕਮਰੇ, ਖੁੱਲ੍ਹੀ ਜਗ੍ਹਾ ਸੀ ਬੜੀ। ਉਹ ਮੇਰੀ ਮਾਂ ਦੇ ਨਾਮ ਮਕਾਨ ਲਿਖ ਹੋਇਆ। ਸਾਨੂੰ
ਬਾਕੀ ਸਾਰੇ ਬੰਦੇ ਉੱਥੇ ਹੀ ਰੱਖ ਰਹੇ ਸੀ ਉਹਨਾਂ ਨੇ। ਅੱਛਾ ਬੰਦੇ ਫਿਰ ਫੌਜੀਆਂ ਨੇ ਫੌਜੀ ਨਾਲ ਲਿਆਉਂਦੇ ਸੀ ਫਿਰ ਉਹ ਪੈਦਲ ਆਏ ਹੈ ਉਹ ਪਤਾ ਨਹੀਂ ਚੌਂਗੀਆਂ ਚੁੰਗੀਆਂ ਚ ਆਏ ਆ ਆਹੋ ਪੈਦਲ ਆਏ ਜਾਂ ਕਿੰਨੀ ਦੇਰ ਬਾਅਦ ਉਹ ਆਏ ਸੀ ਫਿਰ ਮਗਰ ਉਹ ਤਾਂ 2-3 ਮਹੀਨੇ ਬਾਅਦ ਆਏ ਰਾਫਤਾ ਰੱਖਿਆ ਮਗਰ ਸਾਨੂੰ ਉਹਨਾਂ ਨੇ ਆ ਕੇ ਬਿਲਕੁਲ ਸਾਨੂੰ ਆ ਕੇ ਮਿਲ ਪਏ ਫਿਰ ਆ ਕੇ ਸੀ ਉਹਨਾਂ ਨੇ ਮਕਾਨ ਸਾਡੇ ਜਿੰਨੇ ਰਿਸ਼ਤੇਦਾਰ ਸੀ ਸਾਰੇ ਅਮਨ ਨਾਲ ਹੀ ਆ ਗਏ ਸੀ ਹਾਂਜੀ ਨਹੀਂ ਵਿੱਚ ਮਰੇ ਵੀ ਆ ਮੇਰੀ ਮਾਂ ਦੇ ਕੋਈ ਸੀਗੇ ਮਾਸੀ ਦੇ ਪੁੱਤ ਕੋਈ ਤਾਏ ਦੇ ਪੁੱਤ ਵਿੱਚ ਮਰੇ ਵੀ ਆ ਉਹ ਕਿਹੜੇ ਪਿੰਡ ਰਹਿੰਦੇ ਸੀ ਮਾਸੀ ਦੇ ਪੁੱਤ ਤਾਏ ਦੇ ਪੁੱਤ ਜਿਹੜੇ ਸੀ ਉਹ ਵੀ ਇੱਧਰ ਹੀ ਕਿਤੇ ਖਲਵਾਣੇ ਵਾਲੀ ਸਟੋਰ ਰਹਿੰਦੇ ਸੀ ਘਰੇ ਅੱਛਾ ਉਹਨਾਂ ਦੇ ਹੋਇਆ ਤੁਹਾਨੂੰ ਨਹੀਂ ਪਤਾ ਦੇ ਛੋਟੇ ਸੀਗੇ ਆਹੋ ਉਹ ਉੱਧਰ ਹੀ ਹੋਇਆ ਤੁਸੀਂ ਲਾਹੌਰ ਆਏ ਆ ਲਾਹੌਰੋਂ ਕਾੜੇ ਚਲੇ ਗਏ ਆ ਹਾਂਜੀ ਤੇ ਫਿਰ ਤੁਸੀਂ ਇੰਡੀਆ ਗਏ ਆ ਆਪਣਾ ਪਿੰਡ ਵੇਖਣ ਪੰਜਾਬ ਮੈਂ ਫਿਰ ਗਈ ਜਦੋਂ ਮੈਂ ਸਾਡੀ ਤੁਹਾਡੀ ਜਵਾਨ ਹੋ ਗਈ ਅੱਛਾ ਸ਼ਾਦੀ ਤੋਂ ਬਾਅਦ ਗਏ ਸ਼ਾਦੀ ਤੋਂ ਬਾਅਦ ਬੱਚੇ ਸੀ ਮੇਰੇ ਦੋ ਛੱਡ ਕੇ ਗਈ ਮੈਂ ਬੱਚਿਆਂ ਨੂੰ ਅੱਛਾ ਅੱਛਾ ਤੇ ਉਹ ਨਾਨੇ ਹੁਣੀ ਜਾਂਦੇ ਹੁੰਦੇ ਸੀ ਤੁਸੀਂ ਘਰ ਮੈਂ ਉਹ ਤਾਂ ਜਾਂਦੇ ਸੀ ਉਹਦੀ ਪਾਸਪੋਰਟ ਬਣਿਆ ਸੀ ਉਹਨੇ ਆਪਣੀ ਮਾਸੀ ਨੂੰ ਮਿਲਣ ਜਾਂਦਾ ਸੀ ਅੱਛਾ ਉਹਦੀ ਮਾਸੀ ਰਹਿੰਦੀ ਸੀ ਉੱਥੇ ਮਾਸੀ ਉੱਥੇ ਰਹਿ ਪਈ ਸੀ ਅੱਛਾ ਉਹ ਨਹੀਂ ਸੀ ਆਈ ਤੇ ਮੇਰੀ ਫੁੱਫੀ ਸੀ ਉਹ ਅੱਛਾ ਅੱਛਾ ਉਹ ਕਿੱਥੇ ਰਹਿੰਦੀ ਸੀ ਸੁਈਆਂ ਪਿੰਡ ਸੁਈਆਂ ਪਿੰਡ ਚ ਤੇ ਉਹ ਕੀ ਹੋਇਆ ਸੀ ਵੰਡ ਚ ਉਹ ਕਿਉਂ ਨਹੀਂ ਆਈ ਉੱਥੇ ਰਹਿ ਪਈ ਉਹ ਉੱਥੇ ਕਹਿੰਦੇ ਅਸੀਂ ਨਹੀਂ ਜਾਣਾ ਘਰ ਛੱਡ ਕੇ ਉਹ ਕਹਿੰਦੇ ਸਾਡਾ ਦਿਲ ਲੱਗਾ ਹੈ ਇੱਥੇ ਅਸੀਂ ਨਹੀਂ ਕਿਤੇ ਵੀ ਜਾਣਾ ਨਾ ਉਹਦਾ ਬੰਦਾ ਆਇਆ ਨਾ ਉਹ ਆਈ ਸੀ ਦੋਵੇਂ ਨਹੀਂ ਆਏ ਅੱਛਾ ਉਹਨੂੰ ਫਿਰ ਤੁਸੀਂ ਮਿਲਣ ਗਏ ਸੀ ਉਦੋਂ ਉਹਨੂੰ ਮਿਲਣ ਗਏ ਸੀ ਅਸੀਂ ਤੁਸੀਂ ਇੱਥੋਂ ਕਿਵੇਂ ਗਏ ਸੀ ਘਰੋਂ ਕਿੱਦਾਂ ਕਿੱਧਰ ਦੀ ਗਏ ਸੀ ਵਾਗੇ ਬਾਰਡਰ ਗਏ ਆ ਅੱਛਾ ਫਿਰ ਵਾਗੇ ਪਹੁੰਚੇ ਅੱਗੇ ਫਿਰ ਬੈਠੇ ਅਸੀਂ ਅੰਮ੍ਰਿਤਸਰ ਗਏ ਆ ਬੱਸ 'ਚ ਬਹਿ ਕੇ ਅੱਛਾ ਅੰਮ੍ਰਿਤਸਰੋਂ ਫਿਰ ਗੱਡੀ 'ਚ ਬਹਿ ਕੇ ਹੁਸ਼ਿਆਰਪੁਰ ਗਏ ਹਿੰਦੂਆਂ ਦੇ ਮੁੰਡੇ ਮਿਲੇ ਇੰਨਾ ਮਜ਼ਾਕ ਕਰਨ ਕਹਿਣ ਪਾਕਿਸਤਾਨੀ ਮੇਰੇ ਮੂੰਹ ਚੋਂ ਨਿਕਲ ਗਿਆ ਮੈਂ ਖਰੇ ਕੀ ਚੀਜ਼ ਲੈਣ ਲੱਗੀ ਗੱਡੀ 'ਚ ਵੇਚਣ ਆਇਆ ਭਾਈ ਤੇ ਮੈਂ ਕਿਹਾ ਮਾਨ ਨਾ ਸਾਡੇ ਤਾਂ ਇੰਨੇ ਦੀ ਆਉਂਦੀ ਆ ਕਹਿੰਦਾ ਲੈ ਬਈ ਇਹ ਤਾਂ ਬਾਹਰਲੇ ਮੁਲਕ ਦੇ ਬੰਦੇ ਇੱਥੇ ਦੇ ਨਹੀਂ ਇੰਡੀਆ ਦੇ ਨਹੀਂ ਪਾਕਿਸਤਾਨੀ ਆ ਅੱਛਾ ਅੱਛਾ ਮੁਸਲਮਾਨ ਆ ਠੀਕ ਜਦੋਂ ਤੁਸੀਂ ਟ੍ਰੇਨ 'ਚ ਬੈਠੇ ਸੀ ਹਾਂ ਪਛਾਣ ਲਿਆ ਉਹਨਾਂ ਵੀ ਮੁਸਲਮਾਨ ਆ ਇਹ ਸਹੀ ਸਹੀ ਉਹ ਖੱਪ ਬੜੀ ਪਾ ਰਹੇ ਸੀ ਹਿੰਦੂਆਂ ਦੇ ਮੁੰਡੇ ਸੀਗੇ ਬੜੀ ਖੱਪ ਆਉਂਦੇ ਪਏ ਸੀ ਅੱਛਾ ਉਹ ਤੇਰਾ ਨਾਨਾ ਸੀ ਜਿਹੜਾ ਉਹ ਗਿਆ ਉਹਨੇ ਕਿਹਾ ਇੱਥੇ ਖੱਪ ਨਾ ਪਾਓ ਮੇਰੇ ਨਾਲ ਔਰਤ ਆ ਜੇ ਤੁਸੀਂ ਸਵਾਰੀ ਆ ਤਾਂ ਤੁਸੀਂ ਖੱਪ ਪਾਈ ਹੋਈ ਆ ਉਹ ਸਾਰੇ ਉੱਤਰ ਗਏ ਸਟੇਸ਼ਨ ਤੇ ਪਤਾ ਨਹੀਂ ਕਿਹੜਾ ਸਟੇਸ਼ਨ ਆਇਆ ਉੱਥੇ ਉੱਤਰ ਕੇ ਤਾਂ ਫਿਰ ਉਹ ਕਹਿੰਦੇ ਤੂੰ ਤਾਂ ਬੜਾ ਬੇਮੀ ਜਿਹਾ ਬੰਦਾ ਯਾਰ ਸਹੀ ਸਹੀ ਅੱਛਾ ਉਹ ਉੱਥੇ ਹੁਸ਼ਿਆਰਪੁਰ ਫਿਰ ਕਿਹੜੇ ਪਿੰਡ ਗਏ ਪਹਿਲਾਂ ਸਭ ਤੋਂ ਹੁਸ਼ਿਆਰਪੁਰ ਜਦੋਂ ਪਹਿਲਾਂ ਅਸੀਂ ਰਿਆਣੇ ਗਏ ਮਤਲਬ ਭੁੰਗੇ ਰਿਆਣੇ ਹਾਂਜੀ ਉੱਥੋਂ ਅਸੀਂ ਮਿਲ ਮਿਲਾ ਕੇ ਜਿਹੜੇ ਕੋਈ ਸਾਡੇ ਵਾਕਫ ਕੋਈ ਸਗਾ ਕੋਈ ਰਹਿ ਗਿਆ ਮੈਂ ਨਾਂ ਲਿਆ ਜਾ ਕੇ ਆਪਣੇ ਭਰਾਵਾਂ ਦੇ ਆਪਣੇ ਪਿਓ ਦਾ ਨਾਂ ਲਿਆ ਨਾ ਫਿਰ ਸਾਨੂੰ ਮਿਲੇ ਕਾਫੀ ਲੋਕ ਨਾਲ ਸਾਡੇ ਲਾਲਿਆਂ ਦਾ ਘਰ ਸੀਗਾ ਅੱਛਾ ਬੜਾ ਮਸ਼ਹੂਰ ਸੀਗੇ ਉਹ ਬੜੇ ਅਮੀਰ ਤਰੀਨ ਬੰਦੇ ਸੀ ਅੱਛਾ ਉਹਨਾਂ ਨੇ ਸਾਨੂੰ ਰੋਟੀ ਪਾਣੀ ਆਉਣ ਲੱਗਿਆਂ ਨੂੰ ਵੀ ਬੜਾ ਉਹਨਾਂ ਨੇ ਤਾਵਨ ਕੀਤਾ ਸਾਨੂੰ ਤੇ ਫਿਰ ਅਸੀਂ ਉੱਥੇ ਗਏ ਹਾਂ ਤੁਸੀਂ ਗਏ ਆ ਜਦੋਂ ਆਪਣਾ ਘਰ ਪਛਾਣ ਲਿਆ ਜਾ ਕੇ ਹਾਂ ਮੈਂ ਆਪਣਾ ਤਾਂ ਪਛਾਣ ਲਿਆ ਸੀ ਕਿ ਮੇਰਾ ਵੀ ਪਿੱਛੇ ਕਮਰਾ ਸੀ ਹੁੰਦਾ ਸੀ ਵੱਡਾ ਸਾਡਾ ਦੁਕਾਨ ਅੱਗੇ ਬਰਾਮਦਾ ਸੀ ਅੱਗੇ ਸੇਮ ਸੀ ਫਿਰ ਅੱਗੇ ਕਿਚਨ ਉਹ ਬਣਿਆ ਸੀ ਵੱਡਾ ਸਾਰਾ ਕਿਚਨ ਬਣਾਇਆ ਸੀ ਅੱਗੇ ਤਾਂ ਕਿਚਨ ਨਹੀਂ ਸੀ ਬਣਦੇ ਨਾ ਤੇ ਜਗ੍ਹਾ ਡੇਢ ਇੰਚ ਸੀ ਸਹੀ ਤੇ ਫਿਰ ਦੇਖਿਆ ਸੀ ਤੁਸੀਂ ਤਕਰੀਬਨ ਗਏ ਆ 18-19 ਸਾਲ ਬਾਅਦ ਹਾਂਜੀ ਤੇ ਉਹ ਜਦੋਂ 18-19 ਸਾਲ ਬਾਅਦ ਉਹੀ ਘਰ ਦੇਖਿਆ ਜਿੱਥੇ ਬਚਪਨ ਹਾਂ ਬਿਲਕੁਲ ਉਦਾਂ ਹੀ ਸੀਗਾ ਘਰ ਉਹ ਖੂਹ ਵੀ ਸੀਗਾ ਉਦਾਂ ਹੀ ਜਿੱਥੇ ਖੂਹ ਵੀ ਉਦਾਂ ਹੀ ਲੱਗਾ ਆ ਸੀ ਅੱਛਾ ਅੱਛਾ ਮਹੱਲੇ ਦੇ ਲੋਕ ਇਕੱਠੇ ਹੋਏ ਹੋਣੇ ਫਿਰ ਦੇਖ ਕੇ ਹਾਂਜੀ ਤੈਨੂੰ ਮੈਂ ਦੱਸਿਆ ਨਾ ਵੀ ਲਾਲੇ ਬੜੇ ਚੰਗੇ ਸੀ ਉਹਨਾਂ ਦੀ ਬੜੀ ਉੱਚੀ ਬਿਲਡਿੰਗ ਸੀ ਅੱਛਾ ਉਹ ਫਿਰ ਉਹਨਾਂ ਨੂੰ ਪਤਾ ਲੱਗਾ ਪਾਕਿਸਤਾਨ ਤੋਂ ਕੁੜੀ ਆਈ ਆ ਇਹਨਾਂ ਦੀ ਉਹਦੀ ਫਲਾਣੇ ਫਕੀਰ ਮੁਹੰਮਦ ਦੀ ਬੇਟੀ ਅੱਛਾ ਫਿਰ ਉਹਨਾਂ ਨੇ ਨੌਕਰ ਘੱਲੇ ਸਾਨੂੰ ਲੈਣ ਵਾਸਤੇ ਅੱਛਾ ਤੇ ਸਾਡੇ ਘਰ ਆ ਰਹੇ ਸੀ ਰੋਟੀ ਖਾ ਕੇ ਜਾਣੀ ਜੇ ਨਹੀਂ ਜਾਣਾ ਅੱਛਾ ਉਹ ਲਾਲੇ ਗਿਆ ਨੇ ਕਿਹਾ ਉਹਨਾਂ ਨੇ ਬੜਾ ਤਾਬਨ ਕੀਤਾ ਅੱਛਾ ਆਉਣ ਲੱਗੀ ਨੂੰ ਫਿਰ ਮੈਨੂੰ ਉਹਨਾਂ ਨੇ ਠੂਠੀਆਂ ਗਰੀਆਂ ਸਭ ਵੀ ਉਹਦਾ ਪਰਾ ਉਹ ਮੇਰੀ ਝੋਲੀ 'ਚ ਰੱਖੀ ਜਾਣ ਲਿਆ ਲਿਆ ਕੇ ਪੈਸੇ ਹੀ ਮੈਂ ਉਹਨਾਂ ਨੇ ਧੀ ਬਣਾ ਸਮਝਿਆ ਆਪਣੀ ਧੀ ਸਾਡੀ ਆਈ ਹੈ ਧੀ ਆਈ ਹੈ ਸਹੀ ਮੈਂ ਮੋਹ ਮੱਲੇ ਤੁਹਾਡੇ 'ਚ ਚਾਹ ਚੜ ਗਿਆ ਕਿ ਹਾਂਜੀ ਹਾਂਜੀ ਬਿਲਕੁਲ ਇੱਦਾਂ ਹੀ ਤੇ ਔਰਤਾਂ ਵਗੈਰਾ ਇਕੱਠੀਆਂ ਹੋਈਆਂ ਹੋਣੀਆਂ ਗਲੀ ਮਹੱਲੇ ਗਲੀ ਮਹੱਲੇ 'ਚ ਸਾਰੀ ਗਲੀ ਇਕੱਠੀ ਹੋ ਗਈ
ਨਮਸਤੇ ਕਹੀ ਜਾਂਦੀ ਸੀ ਮੈਂ। ਮਾਂ ਤੁਹਾਡੀ ਉਹ ਜਦੋਂ ਤੁਸੀਂ ਆਏ ਉਦੋਂ ਤਾਂ ਕਿ ਬਚਪਨ ਸੀਗਾ, ਉਦੋਂ ਤੁਹਾਡੀ ਸ਼ਾਦੀ ਹੋਈ, ਤੁਹਾਨੂੰ ਸਮਝ ਸੀ ਸਾਰਾ? ਨਹੀਂ ਹਾਂ, ਉਹਦੇ ਤੋਂ ਬੱਚੀ ਸੀ ਮੈਂ। ਅੱਛਾ, ਕਿਹੜੇ ਕਿਹੜੇ ਤੁਹਾਡੇ ਗਲੀ ਮੁਹੱਲੇ 'ਚ ਯਾਦ ਆ ਜਿਹਨਾਂ ਨੇ ਤੁਹਾਨੂੰ ਖਾਣਾ ਜਾਂ ਪੀਣਾ ਪੁੱਛਿਆ ਜਾਂ ਜਿਹਨਾਂ ਨੇ ਤੁਹਾਡੀ ਸੇਵਾ ਕੀਤੀ, ਕੋਈ ਯਾਦ ਆ? ਕਿਹਨਾਂ ਕਿਹਨਾਂ ਦੇ ਘਰਾਂ 'ਚ ਗਏ ਨਾਲ? ਹਾਂਜੀ, ਇੱਕ ਪ੍ਰੀਤੋ ਦਾ ਘਰ ਸੀ ਖਲਵਾਣੇ। ਅੱਛਾ, ਉਹ ਸਾਗ ਪਕਾਉਂਦੀ ਸੀ ਤੇ ਮੈਂ ਚੌਂਕੇ 'ਚ ਲੱਗੀ ਲੰਘਣ, ਉਹਨੇ ਮੈਨੂੰ ਪੀੜੀ ਰੱਖਤੀ ਪਰੇ ਕਰਕੇ। ਅੱਛਾ, ਕਹਿੰਦੀ ਇੱਥੇ ਬਹਿ ਜਾ। ਮੈਂ ਹੁਣ ਮੈਨੂੰ ਕੀ ਪਤਾ ਵੀ ਮੁਸਲਮਾਨਾਂ ਕੋਲ ਇਹ ਗੁਰੇਜ਼ ਕਰਦੇ ਆ। ਅੱਛਾ, ਫਿਰ ਮੈਂ ਬਹਿ ਗਈ ਉੱਥੇ, ਫਿਰ ਉਹਨਾਂ ਨੇ ਸਾਡੀ ਰੋਟੀ ਰੋਟੀ ਤਿਆਰ ਕੀਤੀ। ਅੱਛਾ ਅੱਛਾ, ਅੱਛਾ ਪ੍ਰੀਤੋ ਇੱਕ ਪੁਸ਼ਪਾ ਸੀ ਹੋਰ ਗਲੀ 'ਚ ਕੁੜੀ, ਉਹ ਲੈਣ ਆ ਗਈ ਮੈਨੂੰ। ਉਹ ਕਹਿੰਦੀ ਮੇਰੇ ਵੱਲ ਆਓ, ਤੁਸੀਂ ਇੱਧਰ ਆਓ ਸਾਡੇ ਘਰ। ਸਾਰਿਆਂ ਨੇ ਸਾਨੂੰ ਚੰਗੇ ਗਿਫਟ ਦਿੱਤੇ, ਤੋਹਫੇ ਦਿੱਤੇ ਆਉਣ ਲੱਗਿਆਂ ਨੂੰ। ਅੱਛਾ, ਕੱਪੜੇ ਕੁਪੜੇ ਦਿੱਤੇ? ਹਾਂ, ਬੜਾ ਕੀਤਾ ਸਾਨੂੰ, ਚਦਰਾਂ ਕੱਪੜੇ, ਬਹੁਤ ਅੱਛਾ ਕੀਤਾ ਤਾਵਨ ਨੇ। ਖਲਵਾਣੇ ਵੀ ਗਏ? ਖਲਵਾਣੇ ਵੀ ਗਏ, ਸਤੌਰ ਵੀ ਗਏ, ਹਰਿਆਣੇ ਵੀ ਗਏ, ਕਿੰਨੀਆਂ ਜਗ੍ਹਾ 'ਚ ਗਏ ਅਸੀਂ। ਤੁਹਾਡਾ ਪਿੰਡ ਜਿੱਥੇ ਮਾਸੀ ਰਹਿੰਦੀ ਸੀ? ਸੂਈਆਂ ਪਿੰਡ ਵੀ ਗਏ। ਮਾਸੀ ਸੀ, ਉਹਦਾ ਕੀ ਨਾਂ ਸੀ ਜਿਹੜੀ ਰਹਿ ਗਈ ਸੀ ਉੱਥੇ? ਉਹਨਾਂ ਦਾ ਡੋਲੀ ਡੋਲੀ ਸੀ। ਬੰਦੇ ਦਾ ਕੀ ਨਾਂ ਸੀ? ਮਗਾਈਆ। ਛਾਂਗੇ ਮਾਂਗੇ ਫੌਤ ਹੋਏ। ਸਾਰੇ ਜਾਣਨ ਵਾਲੇ ਸੀ, ਉਹ ਜਵਾਨ ਸੀਗਾ, ਮੈਂ ਬੱਚੀ ਸੀ ਉਦੋਂ ਜਦੋਂ ਆਈ। ਫਿਰ ਮੈਂ ਸਾਰਾ ਮੈਨੂੰ ਦਿਖਾਇਆ ਉਹਨੇ। ਖਲਵਾਣੇ ਬੜੇ ਅੱਛੇ ਲੋਕ ਸੀ, ਬੜੇ ਸਰਦਾਰ ਜੀ ਆ ਗਏ, ਮਲਕ ਸਾਹਿਬ ਆਏ ਆ, ਕਹਿੰਦਾ ਪਾਕਿਸਤਾਨ ਚੋਂ ਆਏ ਆ, ਇੱਜ਼ਤ ਕਰਦੇ ਸੀ। ਹਾਂ, ਇਹਨੂੰ ਅੱਲਾਹ ਦਾ ਨਾਂ ਸੀ ਸਾਈਂ, ਸਾਈਂ ਸਾਧ ਸੀ, ਸਾਈਂ ਦਿੱਤਾ ਨਾਂ ਰੱਖਿਆ ਸੀ ਉਹਨਾਂ ਨੇ ਹਿੰਦੂਆਂ ਨੇ, ਸਿੱਖਾਂ ਨੇ, ਖਲਵਾਣੇ 'ਚ, ਖਲਵਾਣੇ 'ਚ ਸਾਈਂ ਦਿੱਤਾ। ਸਹੀ ਠੀਕ। ਅੱਛਾ, ਖਲਵਾਣੇ ਜਦੋਂ ਤੁਸੀਂ ਗਏ ਆ, ਖਲਵਾਣਾ ਪਿੰਡ 'ਚ ਲੋਕ ਇਕੱਠੇ ਹੋਏ, ਉੱਥੇ ਵੀ ਤੁਹਾਨੂੰ ਮਿਲੇ ਆ? ਹਾਂਜੀ, ਮਿਲੇ, ਬੜੇ ਅੱਛੇ ਤਰੀਕੇ ਨਾਲ, ਬਹੁਤ ਹੀ ਬਹੁਤ ਚਾਹਤ ਕੀਤੀ ਉਹਨਾਂ ਨੇ। ਕੋਈ ਨਾ ਕੋਈ ਕੁਛ ਲੈ ਕੇ ਆਉਂਦਾ ਸੀ ਦੇਣ ਸਾਨੂੰ। ਅੱਛਾ, ਖਾਲੀ ਹੱਥ ਕੋਈ ਨਹੀਂ ਹੁੰਦਾ? ਹਾਂ, ਕਿਸੇ ਦਾ ਖਲਵਾਣੇ 'ਚੋਂ ਨਾਂ ਚੇਤੇ ਹੋਵੇ, ਕਿਸੇ ਸਰਦਾਰ ਦਾ ਜਾਂ ਸਰਦਾਰਨੀ ਦਾ ਹੋਰ ਦਾ? ਬਸ ਮੈਨੂੰ ਬਲਦੇਵ ਸੀ ਇੱਕ ਮੁੰਡੇ ਦਾ ਨਾਂ, ਉਹਦਾ ਮੈਨੂੰ ਯਾਦ ਥੋੜ੍ਹਾ ਥੋੜ੍ਹਾ ਯਾਦ ਆ, ਉਹ ਸਾਡੇ ਇੱਥੇ ਵੀ ਆਉਂਦਾ ਸੀ। ਅੱਛਾ, ਲਾਹੌਰ ਵੀ ਆਇਆ ਸੀ ਮਿਲਣ ਵਾਸਤੇ ਨਾਨੇ ਹੁਣ? ਹਾਂ, ਤੇਰੇ ਨਾਨੇ ਦਾ ਦੋਸਤ ਬਣਿਆ ਸੀ ਬਲਦੇਵ ਸਿੰਘ। ਬਲਦੇਵ ਸਿੰਘ, ਚਲੋ ਦੋਸਤੋ, ਅਗਰ ਖਲਵਾਣੇ 'ਚੋਂ ਬਲਦੇਵ ਸਿੰਘ 'ਚੋਂ ਕੋਈ ਹੈ ਆ ਤੇ ਉਹ ਜ਼ਰੂਰ ਸਾਡਾ ਰਾਬਤਾ ਕਰਿਓ, ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬਲਦੇਵ ਸਿੰਘ ਦੇ ਖਾਨਦਾਨ 'ਚ ਕੋਈ ਹੋਵੇ ਤੇ ਉਹਨਾਂ ਤੱਕ ਰਸਾਈ ਸਾਡੀ ਉਹ ਵੀ ਜ਼ਰੂਰ। ਤੇ ਖਲਵਾਣੇ ਕਿੰਨੇ ਦਿਨ ਰਹੇ ਸੀ? ਖਲਵਾਣੇ ਅਸੀਂ ਇੱਕੋ ਦਿਨ ਹੀ ਰਹੇ। ਅੱਛਾ, ਰਹੇ ਨਹੀਂ, ਮੈਂ ਤੀਏ ਦਿਨ ਵਾਪਸ ਆ ਗਿਆ ਸੀ ਪਾਕਿਸਤਾਨ 'ਚ। ਤੀਸਰੇ ਦਿਨ ਆਏ ਸੀ? ਮੈਂ ਬੱਚੀ ਛੱਡ ਗਈ ਸੀ ਨਾ, ਬਹੁਤ ਛੋਟੀ ਸੀ, ਦੁੱਧ ਪੀਂਦੀ ਸੀ। ਸਹੀ, ਤੇ ਉਹ ਫਿਰ ਮੈਂ ਜਲੇ ਆਈ ਹਾਂ ਤੇ ਇੱਥੇ ਇੱਕ ਬਾਬਾ ਮਰਿਆ ਆ, ਮੈਂ ਕਿਹਾ ਲੈ ਵੀ ਮੇਰੀ ਕੁੜੀ ਮਰ ਗਈ। ਸਿਰਫ ਮੇਰੇ ਉਹਨਾਂ ਨੇ ਅੰਗੂਠਾ ਲਵਾਇਆ, ਸਾਈਨ ਕਰਾਏ। ਅੱਛਾ, ਇੱਕੋ ਪਾਸਪੋਰਟ ਦੋਵੇਂ ਚਲੇ? ਇੱਕੋ ਪਾਸਪੋਰਟ ਤੇ ਸੀ ਮੈਂ। ਉਹਦਾ ਮਾਨੇ ਏਡਾ ਕੋਈ ਨਹੀਂ ਸੀ ਹੈਗਾ? ਕੋਈ ਨਹੀਂ ਸੀ ਪੁੱਛਦੇ ਸੀ ਨਹੀਂ। ਸਹੀ ਇਹ ਤਾਂ ਹੁਣ ਹੀ ਸਖਤੀਆਂ ਬਹੁਤ ਹੀ, ਉਦੋਂ ਹੁਣ ਤਾਂ ਕੋਈ ਇੱਧਰ ਆਏ ਉੱਧਰ ਆਏ, ਚੈਕਿੰਗ ਹੀ ਬੜੀ ਹੁੰਦੀ, ਪਤਾ ਕੀ ਹੋਇਆ। ਸ਼ਨਾਖਤੀ, ਉਦੋਂ ਤਾਂ ਸ਼ਨਾਖਤੀ ਕਾਰਡ ਵੀ ਨਹੀਂ ਸੁਣਦੇ। ਅੱਛਾ, ਹਾਂ, ਮੈਂ ਇੱਕ ਪਾਸਪੋਰਟ ਬਣਿਆ ਸੀ ਉਹਦੇ ਤੇ ਤੁਸੀਂ ਚਲੇ ਗਏ ਦੋਨੇ? ਮੈਂ ਕਿਹਾ ਨਹੀਂ, ਮੈਨੂੰ ਲੈ ਗਿਆ ਉਹ, ਕਹਿੰਦੇ 7 ਵਾਰੀ ਗਿਆ ਸੀ। ਅੱਛਾ, ਮੈਂ ਕਿਹਾ ਮੈਨੂੰ ਵੀ ਦਿਖਾ ਦੇ ਇੰਡੀਆ ਚੰਗੀ ਤਰ੍ਹਾਂ, ਫਿਰ ਮੈਨੂੰ ਵੀ ਲੈ ਗਿਆ, ਕਹਿੰਦਾ ਚੱਲ ਹੋ ਤਿਆਰ। ਅੱਛਾ, ਮੈਂ ਤਿਆਰ ਹੋ ਗਈ ਤਾਂ ਉਹਨੇ ਜਾ ਕੇ ਬਾਰਡਰ ਤੇ ਸਿਰਫ ਮੇਰੇ ਸਾਈਨ ਕਰਾਏ, ਉਹਨਾਂ ਨੇ ਅੰਗੂਠਾ ਲਵਾਇਆ, ਸਾਨੂੰ ਮੰਗਾ ਦਿੱਤਾ ਉਹਨਾਂ ਨੇ।
ਬੜੇ ਅੱਛੇ ਤਰੀਕੇ ਨਾਲ, ਅੱਛੇ ਲੋਕ ਨੇ ਬਹੁਤ। ਅੱਛਾ ਉਦੋਂ ਇੰਨਾ ਯਾਰ ਕਿੰਨਾ ਕਿਰਾਇਆ ਦਿੱਤਾ ਸੀ ਅੰਮ੍ਰਿਤਸਰ ਹੁਸ਼ਿਆਰਪੁਰ ਦਾ? ਉਦੋਂ ਇੰਨਾ ਕੁ 2 ਰੁਪਈਆ ਕੁ 2.25 ਬਸ ਇੰਨੇ ਕੁ ਉਦੋਂ, ਕਿੱਥੇ ਇੰਨਾ ਕਿਰਾਇਆ ਸੀ। ਸਾਰੀ ਤਨਖਾਹ ਸੀ 25 ਰੇਲਵੇ 30 ਰੁਪਈਏ ਰੇਲਵੇ ਲੱਗੇ ਸੀ, ਰੇਲਵੇ 'ਚ ਲੱਗਿਆ ਸੀ। ਅੱਛਾ 25-30 ਰੁਪਏ ਤਨਖਾਹ ਲੈਂਦੇ ਸੀ? ਹਾਂ ਉਦੋਂ ਤਨਖਾਹ ਵੀ ਇੰਨੀ ਕੁ ਸੀਗੀ, ਤਾਂ ਉਦੋਂ ਤਾਂ ਭਾਈ ਸਸਤਾ ਜ਼ਮਾਨਾ ਸੀ ਬਹੁਤ। ਅੱਛੇ ਲੋਕ ਸੀ। ਨਾਨਾ ਕਿੰਨੀ ਦੇਰ ਕਰਦਾ ਰਿਹਾ ਰੇਲਵੇ 'ਚ ਨੌਕਰੀ? ਇਹਨੇ 7-8 ਸਾਲ ਕੀਤੀ ਹੈ। ਅੱਛਾ 7-8 ਫਿਰ ਨਹਿਰ 'ਤੇ ਲੱਗ ਗਿਆ, ਮਹਿਕਮਾ ਨਹਿਰ 'ਚ। ਆਹੋ ਬੇਲ ਦਾ ਮੇਟ ਹੁੰਦੇ ਨਾ, ਮੇਟ ਲੱਗਾ ਸੀ ਉੱਥੇ ਵੀ ਇਹਨੂੰ ਛੱਡ ਦਿੱਤੀ, ਅੱਗੇ ਵਪਾਰ ਦੇ ਕੰਮ 'ਚ ਪੈ ਗਿਆ। ਅੱਛਾ ਇਹਨਾਂ ਨੇ ਕਿਹਾ ਵਪਾਰ 'ਚ ਬੜਾ ਰੁਪਈਆ। ਹਾਂ ਤੇ ਬਾਕੀਆ ਬਹੁਤ ਕਮਾਇਆ। ਅੱਛਾ ਵੱਡਾ ਨੋਟਾਂ ਇਹਨਾਂ ਨੇ ਬੰਨ ਕੇ ਲਿਆਉਂਦੇ ਸੀ ਗੰਢਾ, ਵਪਾਰ ਜਦੋਂ ਨਵਤਾ ਆਇਆ ਤਾਂ ਸ਼ੁਰੂ ਕੀਤਾ। ਹਾਂ ਬੜਾ ਕੰਮ ਸੀ, ਨਵਾਜ਼ ਸ਼ਰੀਫ ਦੀ ਮਿਲ ਹੁੰਦੀ ਸੀ ਉੱਥੇ ਜਾ ਕੇ ਵੇਚਦੇ ਸੀ। ਨਵਾਜ਼ ਸ਼ਰੀਫ ਦਾ ਪਿਓ ਨਹੀਂ ਕੀ ਸੁਭਾਸ਼ ਸੀ ਨਾ ਉਹਦਾ, ਸ਼੍ਰੀ ਮੁਹੰਮਦ ਸ਼ਰੀਫ, ਉਹਦੇ ਕੋਲ ਟਰੱਕਾਂ ਦੇ ਟਰੱਕ ਸਾਰੇ ਜਾਂਦੇ ਸੀ ਮਾਲ ਦੇ। ਛੱਡਣ ਆਇਆ ਉਹ ਲਾ ਕੇ ਗਿਆ ਨਵਾਜ਼ ਸ਼ਰੀਫ ਦਾ ਵਾਲ ਜਿਹੜਾ ਸੀ। ਨਹੀਂ ਉਹ ਆਪ ਨਵਾਜ਼ ਸ਼ਰੀਫ, ਹਲਕਾ ਜਿਹਾ ਮੁੰਡਾ ਸੀ ਇਹ ਛੋਟਾ ਜਿਹਾ, ਇਤਫਾਕ ਇਤਫਾਕ ਮੈਂ ਕਹਿੰਦੀ ਉਹਨੇ ਸਾਨੂੰ ਕਾਰ 'ਚ ਪਾਇਆ ਛੱਡਣ ਆਇਆ, ਮੈਂ ਹੈਰਾਨ ਹੋ ਗਈ। ਮੈਂ ਕਿਹਾ ਤੁਹਾਡੀ ਬੜੀ ਬਾਕੀ, ਤੁਹਾਨੂੰ ਪਤਾ ਇਹਦੇ ਬਾਦਸ਼ਾਹ ਬਣਨਾ। ਹਾਂਜੀ ਵਜ਼ੀਰ ਆਜ਼ਮ ਬਣਨਾ, ਉਦੋਂ ਤਾਂ ਮਿਲ ਸੀਗੀ ਉਹਨਾਂ ਦੀ, ਮਾਲ ਦਿੰਦੇ ਸੀ ਜਾ ਕੇ ਲੋਇਆ। ਉਸ ਤੋਂ ਬਾਅਦ ਕੋਈ ਚੱਕਰ ਨਹੀਂ ਲੱਗਾ, ਫਿਰ ਦੁਬਾਰਾ ਨਹੀਂ ਗਏ ਹਰਿਆਣਾ ਜਾਂ ਭੁੰਗੇ ਹਰਿਆਣਾ? ਫਿਰ ਮੈਂ ਨਹੀਂ ਗਈ, ਤਾਂ ਉਹ ਜਾਂਦਾ ਰਿਹਾ ਨਾਨਾ ਤੇਰਾ, ਉਹ ਜਾਂਦਾ ਰਿਹਾ ਬਾਅਦ 'ਚ ਵੀ ਜਾਂਦੇ ਰਹੇ, ਉਹ ਜਾਂਦਾ ਰਿਹਾ, ਉਹ ਤਾਂ ਬਹੁਤ ਵਾਰੀ ਗਿਆ। ਅੱਛਾ ਹੁਣ ਸਿਹਤ ਦਾ ਕਿੱਦਾਂ ਤੁਹਾਡਾ ਰਹਿੰਦਾ ਵਾ ਹੁਣ? ਸਿਹਤ ਨਹੀਂ ਨਾ ਠੀਕ, ਮੇਰੇ ਨਾ ਸ਼ੂਗਰ ਹੋ ਗਈ, ਫਿਰ ਮੈਨੂੰ ਬਲੱਡ ਪ੍ਰੈਸ਼ਰ ਹਾਈ ਸੀ। ਅੱਛਾ ਜਿਹੜੀ ਸ਼ੂਗਰ ਆ ਮੇਰੇ ਗੁਰਦਿਆਂ ਤੇ ਪੈ ਗਈ ਆ। ਹੁਣ ਗੁਰਦਿਆਂ ਦਾ ਹੀ ਮਸਲਾ ਵਾ, ਗੁਰਦਿਆਂ ਦਾ ਹੀ ਮਸਲਾ, ਤੇ ਜਿਗਰ ਵੀ ਵਧਿਆ ਆ, ਮੈਦਾ ਜਿਹੜਾ ਰੋਟੀ ਨਹੀਂ ਖਾ ਹੁੰਦੀ ਪੁੱਤ ਮੇਰੇ ਕੋਲੋਂ, ਬਿਲਕੁਲ ਰੋਟੀ ਨਹੀਂ ਖਾਂਦੀ ਮੈਂ, ਚਾਹ ਰਸ ਇਹਨੇ ਗੁਜ਼ਾਰਾ, ਚਾਹ ਪਾਪਾ ਜਿਹੜੇ ਆ ਆਪਣਾ 80 ਦੇ ਕਰੀਬ ਚੜੇ ਗਏ ਤੁਸੀਂ? ਹਾਂਜੀ ਤੂੰ ਇਹ ਦੇਖ ਲਾ ਕਿ 5 ਸਾਲ ਤੇ ਬਾਕੀ ਇਹ ਪਾਕਿਸਤਾਨ ਬੜੇ ਨੂੰ ਕਿੰਨਾ ਚਿਰ ਹੋਇਆ, 72-73 ਸਾਲ ਪਾਕਿਸਤਾਨ ਨੂੰ ਹੋ ਗਏ, 5 ਸਾਲ 80 ਦੇ ਕਰੀਬ ਆ ਤੁਹਾਡੀ ਉਮਰ। ਚਲੋ ਜੀ ਸਹੀ ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ ਨਾਨੀ। ਲੋ ਨਾਜ਼ਰੀਨ ਅਸੀਂ ਬੈਠੇ ਸੀ ਆਪਣੀ ਨਾਨੀ ਜੀ ਅਰਸ਼ਾਦ ਬੇਗਮ, ਇਹ ਬੈਠੇ ਨੇ ਇਸ ਟਾਈਮ ਧਰਮਪੁਰਾ, ਕਿ ਹਾਤਾ ਮੱਖਣ ਸਿੰਘ ਇਹਨੂੰ ਕਹਿੰਦੇ ਆ। ਇਹਨਾਂ ਦੇ ਕੋਲੋਂ 47 ਦੀ ਕਹਾਣੀ ਵੀ ਸੁਣੀ ਅਤੇ ਨਾਲ ਸਫ਼ਰਨਾਮਾ 1964 ਦੇ ਵਿੱਚ ਆਪਣੇ ਅਬਾਈ ਪਿੰਡ ਵੇਖ ਕੇ ਆਏ ਨੇ। ਉਮਰ ਥੋੜ੍ਹੀ ਸੀ ਇਸ ਕਰਕੇ ਬਹੁਤੀ ਜਾਣਕਾਰੀ ਨਹੀਂ ਸੀ 47 ਦੀ ਵੰਡ ਦੀ, ਅਤੇ ਹਾਂਜੀ ਅਤੇ ਕੁਛ ਉਮਰ ਦਾ ਵੀ ਤਕਾਜ਼ਾ। ਲਓ ਜੀ ਫਿਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ, ਨਵੇਂ ਬਜ਼ੁਰਗਾਂ ਦੇ ਨਾਲ ਜਿਉਂਦੇ ਵਾਸਤੇ ਰਹੋ ਜੀ, ਅੱਲਾ ਬਰਕਤ।